ਸਿਕਲ ਦੋਸਤੋ ਮੋਡੀਫਾਈਡ ਕਲੱਬ ਦੀ ਇੱਕ ਨਵੀਂ ਵੀਡੀਓ 'ਚ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਲੈ ਕੇ ਪਹੁੰਚ ਚੁੱਕੇ ਆ ਜੀ ਸਵਰਾਜ 855 ਝੋਟਾ। ਬਾਕੀ ਝੋਟੇ ਦਾ ਨਾਮ ਜਾਣਿਆ ਜਾਂਦਾ ਕਿਉਂਕਿ ਸਵਰਾਜ 855 ਦੇ ਫੈਨ ਬਹੁਤ ਸਾਰੇ ਨੇ, ਤੇ ਜਿਹੜਾ ਵੀ ਸਵਰਾਜ 855 ਨੂੰ ਸਵਰਾਜ ਦਾ ਫੈਨ ਹੈ ਨਾ, ਇੱਕ ਕਮੈਂਟ ਕਰਕੇ ਲਿਖਿਓ ਕਿ ਆਈ ਲਵ ਸਵਰਾਜ। ਕਿਉਂਕਿ ਅੱਜ ਦੇ ਟਰੈਕਟਰ ਦੇ ਵਿੱਚ ਨਾ ਮੋਡੀਫਿਕੇਸ਼ਨ ਬਹੁਤ ਹਟ ਕੇ ਨੇ। ਅਸੀਂ ਬਹੁਤ ਵਾਰ ਦਿਖਾਇਆ ਕਿ ਮਿਊਜ਼ਿਕ ਸਿਸਟਮ ਹੈਵੀ ਲੱਗੇ ਆ ਜਾਂ ਛੱਤਰੀਆਂ ਹੈਵੀ ਲੱਗੀਆਂ, ਤਾਂ ਸਿਰਫ ਉਹੀ ਮੋਡੀਫਿਕੇਸ਼ਨ ਆ। ਅੱਜ ਦੇ ਟਰੈਕਟਰ 'ਚ ਬਹੁਤ ਡੀਪ ਨੌਲੇਜ ਦੇਣ ਜਾ ਰਹੇ ਹਾਂ। ਵੀਡੀਓ ਨੂੰ ਐਂਡ ਤੱਕ ਦੇਖਿਓ ਕਿਉਂਕਿ ਜਿਹੜੀ ਅੱਜ ਨੌਲੇਜ ਦੇਣ ਜਾ ਰਹੇ ਨਾ, ਬੜੀ ਇਨਫੋਰਮੇਸ਼ਨ ਵਾਲੀ ਹੋਏਗੀ ਤੁਹਾਡੇ ਲਈ। ਕੁਝ ਸਲੈਂਸਰ ਦੇ ਕੰਮ ਅਲੱਗ ਤੋਂ ਹੋਏ ਨੇ, ਮਿਊਜ਼ਿਕ ਸਿਸਟਮ ਵੀ ਲੱਗਾ ਬਟ ਬਹੁਤ ਹੈਵੀ ਨਹੀਂ ਲੱਗਾ, ਬਾਕੀ ਮੋਡੀਫਿਕੇਸ਼ਨਸ ਬਹੁਤ ਹੈਵੀ ਹੋਈਆਂ ਨੇ। ਤੇ ਹਮੇਸ਼ਾ ਦੀ ਤਰ੍ਹਾਂ ਅਸੀਂ ਆਪਣੇ ਭਰਾਵਾਂ ਕੋਲ ਪਹੁੰਚੇ ਹਾਂ ਜੀ, GNW ਤੋਂ ਅਮਨ ਭਰਾ ਸਾਡਾ, ਜਿਹੜਾ ਕਿ ਕ੍ਰੋਮ ਦਾ ਕੰਮ, ਬੰਪਰਾਂ ਦਾ ਕੰਮ ਤੇ ਜੋ ਵੀ ਅਸੈਸਰੀ ਤੁਸੀਂ ਸਿੰਗਲ ਦੇਖ ਸਕਦੇ ਹੋ, ਬਹੁਤ ਕੁਝ ਦਿਖਾਊਂਗਾ ਜਿਹੜਾ ਅਮਨ ਭਰਾ ਲੋ ਕੰਮ ਹੋਇਆ। ਤੇ ਸਾਡੇ ਲਾਡੀ ਭਾਜੀ ਜਿਹੜੇ ਛੱਤਰੀਆਂ ਤਿਆਰ ਕਰਦੇ ਆ, ਮਿਊਜ਼ਿਕ ਸਿਸਟਮ ਤਿਆਰ ਕਰਦੇ ਆ, ਤੇ ਉਸ ਤੋਂ ਇਲਾਵਾ DSP ਕਿੰਗ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ, ਤੁਹਾਨੂੰ ਪਤਾ ਹੀ ਆ। ਤੇ ਜੇ ਨਹੀਂ ਤੁਸੀਂ DSP ਕਿੰਗ ਦੇਖਿਆ ਤੇ ਲਾਸਟ ਵੀਡੀਓ ਜਾਈਓ ਸਾਡੀ ਦੇਖੀਓ, ਉਹਦੇ ਵਿੱਚ ਆਪਾਂ ਬਹੁਤ ਸਾਰੇ DSP ਦਿਖਾਏ ਆ। ਤੇ ਹੁਣ ਤੁਸੀਂ ਦੇਖੋ ਟਰੈਕਟਰ ਦੇ ਸਿਨੇਮੈਟਿਕ ਸ਼ਾਟ, ਤੇ ਫਿਰ ਵੀਡੀਓ ਸਟਾਰਟ ਕਰਾਂਗੇ ਆਪਾਂ ਫਰੰਟ ਸਾਈਡ ਤੋਂ। ਆਓ ਦੇਖੀਏ ਸਿਨੇਮੈਟਿਕ ਸ਼ਾਟ। ਹਮੇਸ਼ਾ ਦੀ ਤਰ੍ਹਾਂ ਟਰੈਕਟਰ ਦੀ ਡਿਟੇਲ ਜਿਹੜੀ ਹੈ ਫਰੰਟ ਸਾਈਡ ਤੋਂ ਸਟਾਰਟ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲੇ ਭਾਜੀ ਸਵਰਾਜ ਦੀਆਂ ਦੋ ਲਾਈਟਾਂ ਜੀ ਭਾਜੀ, ਹਾਂਜੀ। ਇਹ ਕਿਧਰੋਂ ਲਾਡੀ ਭਾਜੀ ਨੇ? ਹਾਂਜੀ ਭਾਜੀ, ਲਾਡੀ ਭਾਜੀ ਇਹਨੂੰ ਸਪਲੈਂਡਰ ਵਾਲੀ ਲਾਈਟ ਵੀ ਕਿਹਾ ਜਾਂਦਾ। ਹਾਂਜੀ ਭਾਜੀ, ਇਹਦੇ 'ਚ ਪੁਲਿਸ ਲਾਈਟ ਵੀ ਨਾਲ ਹੀ ਚੱਲਦੀ ਹੈ। ਹਾਂਜੀ ਭਾਜੀ, ਤੇ LED ਲਾਈਟ ਇਹਨੂੰ ਸਪਲੈਂਡਰ ਵਾਲੀ ਲਾਈਟ ਵੀ ਕਿਹਾ ਜਾਂਦਾ, ਫਰੰਟ ਸਾਈਡ ਤੋਂ ਲੁੱਕ ਚੇਂਜ ਹੋ ਜਾਂਦੀ ਹੈ ਲਾਈਟ ਚੇਂਜ ਕਰਨ ਦੇ ਨਾਲ ਹੀ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜਿਹੜਾ ਬੰਪਰ ਹੈ ਉਹ ਐਕਸਟੈਂਡ ਕਰਕੇ ਲਗਾਇਆ ਗਿਆ ਜੀ ਭਾਜੀ। ਜਿਹੜੀ ਇਹਦੀ ਪੇਂਟ ਦੀ ਕੁਆਲਿਟੀ ਵੀਰੇ ਟੂ ਗੁੱਡ ਜੀ ਭਾਜੀ, ਹਾਂਜੀ। ਤੇ ਅੱਗੇ ਟੇਪਿੰਗ ਕੀਤੀ ਹੈ? ਹਾਂਜੀ ਹਾਂਜੀ ਭਾਜੀ, ਕਿਉਂਕਿ ਟੇਪਿੰਗ ਦੇ ਨਾਲ ਅੱਗੇ ਤੁਸੀਂ ਇਹ ਲਿਖਵਾਇਆ ਜੀ ਜੀ ਪਟਵਾਲੀਆ। ਹਾਂਜੀ ਹਾਂਜੀ ਭਾਜੀ। ਤੇ ਭਾਈ ਟਰੈਕਟਰ ਕਿੱਥੇ ਦਾ? ਇਹ ਟਰੈਕਟਰ ਭਾਜੀ ਹੈਗਾ ਘੋੜੇ ਵਾਲੀਆਂ, ਸ਼ਾਇਦ ਤਾਂ ਬੇਗੁਲ ਪਲਾਸ ਦੇ ਲੱਗੇ, ਪਲਾਸ ਦੇ ਲੱਗੇ ਜੀ ਜੀ। ਤੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਲੁੱਕ ਦੇਤੀ ਫਰੰਟ ਸਾਈਡ ਤੋਂ, ਜਿਹੜੀ ਇਹ ਤੁਸੀਂ ਦੇਖ ਸਕਦੇ ਹੋ ਨਾ, ਇਹ ਚੀਜ਼ ਹੈ ਟੇਪਿੰਗ। ਹਾਂਜੀ, ਮਤਲਬ ਪੇਂਟ ਦੇ ਉੱਤੇ ਨਵਾਂ ਬੰਪਰ ਲਗਾ ਕੇ ਇਹਨੂੰ ਟੇਪਿੰਗ ਦੇ ਉੱਤੇ ਜਿਹੜੀ ਇਹਦੀ ਪਕੜ ਹੈ ਨਾ ਉਹ ਸਹੀ ਹੋ ਰਹੀ ਹੈ। ਟਿਕਟ ਤਾਂ ਕਿਤੇ ਉਹ ਪੇਪਰ ਤਾਂ ਕੀਤਾ ਵੀ ਕੱਲ ਨੂੰ ਜਦੋਂ ਇਹ ਲਾਉਨੇ ਪੇਪਰ ਕਲਰ ਪੱਟ ਹੋ ਜਾਂਦਾ, ਕਲਰ ਪੱਟ ਹੋ ਜਾਂਦਾ ਉਹ ਠੀਕ ਰਵੇ ਜੀ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਅੱਗੇ ਲੱਗੀਆਂ ਨੇ ਫਰੰਟ ਤੇ ਫਲੈਸ਼ਰ ਜਿਹਨੂੰ ਪੁਲਿਸ ਲਾਈਟ ਵੀ ਕਿਹਾ ਜਾਂਦਾ ਹੈ। ਲਾਈਟਾਂ ਦਾ ਜਿਹੜਾ ਵੀ ਕੰਮ ਹੋਇਆ ਹੋਰਾਂ ਦਾ ਜਿਹੜਾ ਵੀ ਕੰਮ ਹੋਇਆ ਹੋਇਆ ਲੱਡੀ ਭਾਜੀ ਵੱਲੋਂ ਆਟੋ ਫੀਵਰ ਤੋਂ ਨੰਬਰ ਦੋਨਾਂ ਭਰਾਵਾਂ ਦਾ ਫਲੈਸ਼ ਹੋ ਰਿਹਾ, ਤੁਸੀਂ ਕਰੀਓ ਫੋਨ ਤੇ ਆਪਣਾ ਕੰਮ ਕਰਾਈਓ ਟਰੈਕਟਰ ਦਾ ਜੋ ਵੀ ਕਰਾਉਣਾ ਚਾਹੁੰਦੇ ਹੋ। ਉਸ ਤੋਂ ਬਾਅਦ ਲੱਗੇ ਆ 2 ਤੇ 2-4 ਮੈਗਾਸੋਨਿਕ ਦੇ ਹੋਰਾਂ ਨੇ ਵੀ ਲੱਗੇ ਲਾਡੀ ਭਾਜੀ ਵੱਲੋਂ। ਤੇ ਉਸ ਤੋਂ ਬਾਅਦ ਜਿਹੜੀ ਮੇਨ ਲੁੱਕ ਹੈ ਨਾ ਆਹ ਚੈੱਕ ਕਰੋ ਜੀ, ਜ਼ਬਰਦਸਤ। ਇਹ ਦੱਸੋ ਭਾਜੀ ਜਰਾ। ਹਾਂਜੀ ਹਾਂਜੀ ਅਮਨ ਭਾਜੀ ਜੀ ਭਾਜੀ, ਇਹਨੇ ਐਂਡ ਕਰਾਈ ਆ ਪੂਰੀ ਪੂਰੀ ਜੀ ਪੂਰੀ ਭਾਜੀ। ਇਸ ਤੋਂ ਪਹਿਲੇ ਮੈਂ ਦੇਖਿਆ ਸੀ ਅੰਗਰੇਜ਼ ਭਰਾ ਦੇ ਟਰੈਕਟਰ ਨੂੰ ਜੀ ਜੀ ਭਾਜੀ, ਹੈਨਾ? ਹਾਂਜੀ ਹਾਂਜੀ, ਇਹ ਉਹਨਾਂ ਦੇ ਟਰੈਕਟਰ ਨੂੰ ਲੱਗਾ ਸੀ ਸਭ ਤੋਂ ਪਹਿਲੇ, ਉਹਨਾਂ ਵਾਂਗੂ ਹੀ ਕੀਤਾ ਗਿਆ ਭਾਜੀ, ਥੋੜਾ ਜਿਹਾ ਉਹਨਾਂ ਵੱਲੋਂ ਹੀ ਸਾਰਾ ਤਿਆਰ ਕੀਤਾ ਗਿਆ ਨਾ। ਜਿੱਦਾਂ ਅੰਗਰੇਜ਼ ਦਾ ਟਰੈਕਟਰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਅੰਗਰੇਜ਼ ਭਾਜੀ ਦਾ। ਹਾਂਜੀ ਹਾਂਜੀ ਹਾਂਜੀ, ਤੇ ਮੈਂ ਵੀ ਵੀਡੀਓ ਬਣਾਈ ਸੀ ਉਹਨਾਂ ਦੀ, ਤੁਸੀਂ ਜੇ ਦੇਖਣਾ ਚਾਹੁੰਦੇ ਹੋ ਤਾਂ ਬੈਕ ਐਂਡ ਤੇ ਜਾਈਓ, ਵੀਡੀਓਸ ਤੁਸੀਂ ਦੇਖ ਲਈਓ। ਪਰ ਇਹ ਚੀਜ਼ ਚੈੱਕ ਕਰੋ ਲੁੱਕ ਕਿੱਦਾਂ ਦੀ ਲੱਗੀ ਭਾਜੀ, ਬਹੁਤ ਹੈਵੀ ਹੈ, ਮਤਲਬ ਬਹੁਤ ਹੈਵੀ ਭਾਜੀ, ਇਹ 40 ਕਿਲੋ ਦਾ ਹੋਣਾ ਭਾਜੀ, ਇਹ 40 ਕਿਲੋ ਦਾ ਹੈ, 40 ਕਿਲੋ ਦਾ। ਹਾਂਜੀ ਭਾਜੀ, ਜ਼ਬਰਦਸਤ ਹੈ। ਇਹਨੇ ਲੁੱਕ ਦੇਖੋ, ਥੋੜਾ ਜਿਹਾ ਪਿੱਛੇ ਹਟਦੇ ਆ ਕੈਮਰਾ, ਬੈਕ ਸਾਈਡ ਤੇ ਕਰਦੇ ਆ ਤੇ ਤੁਹਾਨੂੰ ਫਰੰਟ ਸਾਈਡ ਤੋਂ ਲੁੱਕ ਦਿਖਾਉਂਦੇ ਆ, ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਲੱਗੀ ਜੀ, ਜ਼ਬਰਦਸਤ ਲੱਗੀ ਕਿ ਨਹੀਂ ਕਮੈਂਟ ਕਰਿਓ, ਤੁਹਾਡੇ ਕਮੈਂਟ ਦੀ ਵੇਟ ਰਹੂਗੀ। ਉਸ ਤੋਂ ਬਾਅਦ ਮੈਂ ਟਾਇਰਾਂ ਦੀ ਗੱਲ ਕਰਾਂ, ਆਪਾਂ ਥੋੜਾ ਜਿਹਾ ਇਸ ਸਾਈਡ ਨੂੰ ਆਨੇ ਆ ਤੇ ਤੁਹਾਨੂੰ ਟਾਇਰਾਂ ਬਾਰੇ ਮੈਂ ਦੱਸਣਾ ਚਾਹੁੰਦਾ। ਮੇਰੇ ਟਾਇਰ ਕੀਤੇ ਗਏ ਨੇ 1116 ਦੇ, ਟਾਇਰ ਦੀ ਕੰਪਨੀ ਯੂਜ਼ ਕੀਤੀ ਗਈ ਅਲਾਇੰਸ, ਜਿਹੜੀ ਕਿ ਮੈਂ ਆਲਵੇਜ਼ ਕਹਿੰਦਾ ਹੁੰਦਾ ਕਿ ਨੰਬਰ 1 ਕੰਪਨੀ ਹੈ। ਜੇ ਟਾਇਰਾਂ ਬਾਰੇ ਤੁਸੀਂ ਪੁੱਛਣਾ ਚਾਹੁੰਦੇ ਹੋ, ਸਾਡੇ ਬੰਟੀ ਭਰਾ ਤੋਂ, ਨਵਾਂ ਸ਼ਹਿਰ ਤੋਂ, ਗਿਰਨ ਟਾਇਰ ਤੋਂ, ਗਿਰਨ ਟਾਇਰ ਭਾਈ, ਇੱਕ ਨੰਬਰ ਕੰਮ ਹੈ ਭਰਾ ਦਾ, ਬਹੁਤ ਵਧੀਆ ਟਿਊਬ ਟਾਈਪ ਟਾਇਰ ਹੈ ਇਹਨਾਂ 'ਚ, ਟਿਊਬਲੈਸ ਵੀ ਆਉਂਦੇ ਆ, ਤੁਸੀਂ ਭਰਾ ਨੂੰ ਕਾਲ ਕਰ ਸਕਦੇ ਹੋ ਭਾਈ। ਤੇ ਜਿਹੜੇ ਰਿਮ ਬੋਲ ਬਾਣੇ ਵੀ ਬਹੁਤ ਐਂਡ ਆ ਭਾਈ, ਐਂਡ ਬੰਦਾ ਬਹੁਤ ਐਂਡ ਹੈ। ਤੇ ਤੁਸੀਂ ਰਿਮ ਚੈੱਕ ਕਰ ਸਕਦੇ ਹੋ, ਡਿਊਲ ਕਲਰ ਦੇ ਵਿੱਚ ਤਿਆਰ ਕੀਤਾ ਗਿਆ, ਤਾਂ ਰਿਮ ਜਿਹੜਾ ਸਪੈਸ਼ਲ ਬੰਦਾ, ਨਾਰਮਲ ਰਿਮ ਤੇ ਵੀ ਪਿਆ ਜਾਂਦਾ ਉਹਦੇ 'ਚ, ਟਾਇਰ ਦੀ ਸ਼ੇਪ ਜਿਹੜੀ ਉਹ ਘੁੱਟੀ ਜਾਂਦੀ ਹੈ, ਇਹਨੂੰ ਸਪੈਸ਼ਲ ਰਿਮ ਤਿਆਰ ਕੀਤਾ ਜਾਂਦਾ। ਔਰ ਡਬਲ ਕਲਰ, ਜਿੱਦਾਂ ਟਰੈਕਟਰ ਦਾ ਰੰਗ ਹੈ ਉਦਾਂ ਹੀ ਰਿਮ ਤਿਆਰ ਕਰਤਾ। ਇਹ ਸਾਰਾ ਕੰਮ ਭਰਾ ਕਰਾ ਕੇ ਦਊਗਾ ਤੁਹਾਨੂੰ, ਤੁਸੀਂ ਉਹਨੂੰ ਕੰਟੈਕਟ ਕਰ ਲਿਓ ਤੇ ਆਹ ਚੈੱਕ ਕਰੋ ਜੀ, ਇਸ ਕਲਰ ਦੇ ਨਾਲ ਦਾ ਹੀ ਸੇਮ ਟੂ ਸੇਮ ਜਿਹੜਾ ਵਾ ਰਿਮ, ਸੇਮ ਪੂਰਾ ਸੇਮ ਹੋਊਗਾ। ਇਹ ਪੇਂਟ ਤੁਸੀਂ ਕੀਤਾ? ਹਾਂਜੀ ਹਾਂਜੀ ਭਾਈ, ਪੇਂਟ ਸਾਰਾ GNW ਵੱਲੋਂ ਕੀਤਾ ਗਿਆ, ਤੁਸੀਂ ਚੈੱਕ ਕਰ ਸਕਦੇ ਹੋ ਜੀ। ਮਤਲਬ ਨੰਬਰ 1 ਕੰਮ ਤਿਆਰ ਕੀਤਾ ਪੂਰਾ ਦਾ ਪੂਰਾ। ਤੇ 1116 ਦੇ ਨਾਲ ਹਾਈਟ ਜਿਹੜੀ ਹੈ ਫਰੰਟ ਸਾਈਡ ਤੋਂ ਥੋੜੀ ਜੀ ਤਾਂ ਹੋ ਜਾਂਦੀ ਹੈ। ਹਾਂਜੀ ਬਿਲਕੁਲ ਬਰਾਬਰ ਹੋ ਗਿਆ ਭਾਜੀ। ਤੇ ਹੁਣ ਭਾਜੀ ਮੈਂ ਗੱਲ ਕਰਨਾ ਚਾਹੁੰਦਾ ਵਾਂ ਕਿ ਇਹ ਜਿਹੜਾ 에ਅਰ ਇਨਟੇਕਰ ਹੈ ਜੀ ਭਾਜੀ, ਇਹ ਕਾਫੀ ਵੱਡਾ ਸਾਰਾ ਇੱਥੇ ਇਦਾਂ ਆਂਦਾ ਲੱਗਦਾ। ਹਾਂਜੀ ਹਾਂਜੀ, ਇਹਨੂੰ ਤੁਸੀਂ ਛੋਟਾ ਕਰਤਾ ਜੀ? ਛੋਟਾ ਲਾਇਆ ਭਾਜੀ, ਛੋਟਾ ਲਾਤਾ ਹੈ ਨਾ, ਸੋਨਾਲੀ ਕਟਰੇਟਰ ਦਾ ਲੱਗਾ, ਇਹ ਸੋਨਾਲੀ ਕਟਰੇਟਰ ਦਾ।
इस तो बाद हुन मैं दसना चाहना कि भाई अल्टरनेटर का भी कम होया कोई इहदे च नहीं अल्टरनेटर सिस्टम सिस्टम छोटा वा दो वाला ही है पर मैं तुहानू थोड़ा जिहा इस साइड लैके चलना क्योंकि इहदे विच जिहड़ा सिलेंसर का कम होया ना मैं भी तुहानू दसना चाहना मॉडिफाइड क्लब की इस वीडियो लाइक तो शेयर तो जरूर करियो कमेंट भी करके जरूर दस्यो कि तुहानू किद्दां दी लगी क्योंकि असीं प्रोवाइड करते हैं तुहानू फुल इनफॉर्मेशन हुण सिलेंसर जिहड़ा भाजी आके थोड़ा जिहा समझाओ जरा सिलेंसर बारे सिलेंसर जिहड़ा इधरों आया हुंदा बाहर हां जी इधरों हुंदा ਭਾਜੀ ਨੇ ਉੱਪਰ ਛੇਕ ਮਾਰ ਕੇ ਇਹ ਛੇਕ ਮਾਰ ਕੇ ਵਿੱਚ ਕੀਤਾ ਵਿੱਚੋ ਕਰਦਾ ਜਿੱਦਾਂ ਨਿਊ ਹੋਲੈਂਡ ਤੇ ਲੱਗਾ ਹੁੰਦਾ ਉਦਾਂ ਕਰਦਾ ਸੇਮ ਇਹ ਇਹ ਇੱਥੋਂ ਦੀ ਬਾਹਰ ਆ ਕੇ ਇਦਾਂ ਲੱਗਾ ਹੁੰਦਾ ਤੇ ਇਹਨੂੰ ਹੁਣ ਉੱਪਰ ਦੀ ਸ਼ੇਪ ਦੇਤੀ ਮੋਰ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਹਾਂ ਬਿਲਕੁਲ ਤੇ ਯੰਕੀ ਲੱਗ ਰਿਹਾ ਕਮੈਂਟ ਕਰਕੇ ਦੱਸਣਾ ਕਿੱਦਾਂ ਦਾ ਤੇ ਹੁਣ ਇੱਧਰ ਭਾਈ ਨੇ ਹੈਲ ਰੱਖੀ ਹੈ ਤੁਸੀਂ ਜੋ ਵੀ ਰੱਖਣਾ ਚਾਹੋ ਇੱਥੇ ਰੱਖ ਸਕਦੇ ਹੋ ਮਤਲਬ ਇੱਕ ਕਾਰ ਦੀ ਫੀਲਿੰਗ ਵੀ ਦੇਤੀ ਇਹਦੇ ਉਦਾਂ ਹੀ ਰੈੱਡ ਬੁੱਲ ਹੈ ਭਾਈ ਕੋਲ ਬਿਲਕੁਲ ਰੈੱਡ ਬੁੱਲ ਹੈ ਜੀ ਬਿਲਕੁਲ ਰੈੱਡ ਬੁੱਲ ਹੈ ਤੇ ਚੈੱਕ ਕਰੋ ਬਹੁਤ ਜ਼ਬਰਦਸਤ ਉਸ ਤੋਂ ਬਾਅਦ ਜਿਹੜੇ ਰੇਸ ਪੈਡਲ ਹੈ ਉਹ ਵੀ ਦੇਖ ਸਕਦੇ ਹੋ ਤੁਸੀਂ ਕ੍ਰੋਮ ਦੇ ਵਿੱਚ ਹੈ ਹਾਂਜੀ ਹਾਂਜੀ ਬਿਲਕੁਲ ਵਧੀਆ ਤੇ ਜਿਹੜਾ ਮੇਨ ਭਰਾ ਲਈ ਮਤਲਬ ਭਰਾ ਦੀ ਸਿਗਨੇਚਰ ਆਈਟਮ ਜਿਹਨੂੰ ਮੈਂ ਕਹਿ ਸਕਦਾ ਭਰਾ ਦੇ ਸਟੀਅਰਿੰਗ ਚੈੱਕ ਕਰੋ ਜੀ ਜੀ ਭਾਈ ਇਹ ਥੋੜਾ ਜਿਹਾ ਰਹਿੰਦਾ ਹੀ ਕੰਮ ਹੁੰਦਾ ਹਰ ਵਾਰੀ ਭਾਜੀ ਯਾਰ ਅੱਬਾ ਕੋਈ ਨਹੀਂ ਕੰਮ ਚੱਲਦੇ ਚੱਲਦੇ ਅਸੀਂ ਦਿਖਾਤਾ ਇਹ ਦੇਖੋ ਜੀ ਇਹਦੇ ਸੈਂਟਰ ਦੇ ਵਿੱਚ ਜਿਹੜੀ ਨਾ ਇਹ ਸੈਂਟਰ ਦੇ ਵਿੱਚ ਇਹ ਵੀ ਲੱਗਣਾ ਅਜੇ ਬਸ ਕੰਮ ਚੱਲਦਾ ਹੀ ਪਿਆ ਇਹਦੇ ਚ ਲਾਈਟਿੰਗ ਆਊਗੀ ਤੇ ਮਤਲਬ ਇੱਕ ਤੋਂ ਇੱਕ ਡਿਜ਼ਾਈਨ ਤੁਸੀਂ ਭਰਾ ਕੋਲੋਂ ਲੈ ਸਕਦੇ ਹੋ ਬਿਲਕੁਲ ਠੀਕ ਹੈ ਨਾ ਜੀ ਉਸ ਤੋਂ ਬਾਅਦ ਆਪਾਂ ਆਨੇ ਆ ਮੇਨ ਫਾਈਬਰ ਹੁੱਡ ਵੱਲ ਤੇ ਡਾਊਨ ਸੀਲਿੰਗ ਵੱਲ ਜਿਹੜਾ ਕਿ ਲੱਡੀ ਭਾਜੀ ਵੱਲੋਂ ਕੀਤਾ ਗਿਆ ਕੰਮ ਹੈ ਮੈਂ ਤੁਹਾਨੂੰ ਦਿਖਾਉਣਾ ਚਾਹਨਾ ਫਰੰਟ ਸਾਈਡ ਤੇ ਲੱਗੀ ਹੈ ਬਾਰ ਲਾਈਟ ਬਾਰ ਲਾਈਟ ਭਾਜੀ 32 ਇੰਚ ਵਾਲੀ ਤੇ ਭਾਜੀ ਉਸ ਤੋਂ ਬਾਅਦ ਤੁਸੀਂ ਅੱਗੇ ਦੇਖ ਸਕਦੇ ਹੋ ਡਿਊਲ ਕਲਰ ਦੇ ਵਿੱਚ ਪਹਿਲਾਂ ਤਾਂ ਸੰਤ ਜੀ ਦੀ ਫੋਟੋ ਲੱਗੀ ਹੈ ਉਸ ਤੋਂ ਬਾਅਦ ਜਿਹੜਾ ਡਿਊਲ ਕਲਰ ਦੇ ਵਿੱਚ ਰੈੱਡ ਤੇ ਬਲੈਕ ਦੀ ਰੈੱਡ ਥ੍ਰੈਡਿੰਗ ਦਿੱਤੀ ਗਈ ਹੈ ਤੇ ਬਲੈਕ ਦੇ ਵਿੱਚ ਤਿਆਰ ਕੀਤੀ ਗਈ ਦੋ AK-47 ਬਣਾ ਦਿੱਤੀਆਂ ਗਈਆਂ ਨੇ ਜਿਨ੍ਹਾਂ ਨੂੰ ਆਪਾਂ ਪਬਜੀ ਦੀ AKM ਵੀ ਕਹਿ ਸਕਦੇ ਹਾਂ ਬਿਲਕੁਲ ਤੇ ਜੇ ਪਬਜੀ ਦੇ ਸ਼ੌਕੀਨ ਹੋ ਤਾਂ ਕਮੈਂਟ ਕਰਿਓ ਦੱਸਿਓ ਤੁਸੀਂ ਵੀ ਉਸ ਤੋਂ ਬਾਅਦ ਆਪਾਂ ਅੱਗੇ ਚੱਲੀਏ ਸਿਸਟਮ ਵਾਲੇ ਪਾਸੇ ਸਿਸਟਮ ਦਾ ਸਭ ਤੋਂ ਪਹਿਲੇ ਮੈਂ ਤੁਹਾਨੂੰ ਸਾਰਾ ਪਾਰਟ ਦੱਸਣਾ ਚਾਹੁੰਦਾ ਕਿ ਜਿਹੜੀ ਅੱਗੇ ਸਭ ਤੋਂ ਪਹਿਲੇ ਫਰੰਟ ਤੇ ਫਰੇਮ ਬਣਾਇਆ ਗਿਆ ਨਾ ਉਹ ਬਹੁਤ ਸੋਹਣਾ ਦੇਖੋ ਸਿਸਟਮ ਵਜਣਾ ਤੇ ਕਰਨਾ ਸਾਰਾ ਇੱਕ ਅਲੱਗ ਚੀਜ਼ ਜਿਹੜੀ ਲੁੱਕ ਹੈ ਪਹਿਲੇ ਉਹਨੂੰ ਸੋਹਣਾ ਬਣਾਇਆ ਗਿਆ ਉਸ ਤੋਂ ਬਾਅਦ ਪਾਇਨੀਅਰ ਦੇ 4 ਲੱਗੇ ਨੇ ਓਵਲ ਇਹਦੇ ਵਿੱਚ ਹਾਂਜੀ ਹਾਂਜੀ ਸ਼ਿਕਾਗੋ ਲੱਗਾ ਇੱਕ ਭਾਜੀ ਟ੍ਰਿਪਲ ਲਾਈਨ ਇੱਕ ਬਹੁਤ ਸੀ ਦੋ ਲਈ ਤੇ ਇੱਕ ਬਹੁਤ ਭਾਈ ਦੋ ਲਈ ਇੱਕ ਦੋ ਲਈ ਬਹੁਤ ਹੈ ਤੇ ਉਸ ਤੋਂ ਬਾਅਦ ਭਾਜੀ ਜਿਹੜਾ ਮੋਨੋ ਲੱਗਾ ਭਾਜੀ ਆਪਣਾ ਮੋਨੋ ਸ਼ਿਕਾਗੋ ਹੋ ਗਿਆ ਤੇ 4 ਚੈਨਲ 4 ਇਹਦੀ 2 ਚੈਨਲ ਲੱਗਾ 2 ਚੈਨਲ ਨਾਲ 4 ਚੱਲ ਗਏ 4 ਚੱਲ ਗਏ ਬਹੁਤ ਵਧੀਆ 2 ਚੈਨਲ ਕਿਹੜਾ ਲੱਗਾ ਸਾਊਂਡ ਬਲਾਸਟ ਭਾਜੀ ਸਾਊਂਡ ਬਲਾਸਟ ਦਾ ਲੱਗਾ ਜੀ 2 ਚੈਨਲ ਤੇ ਆ ਚੈੱਕ ਕਰ ਸਕਦੇ ਹੋ ਜੀ ਤੁਸੀਂ ਫਰੰਟ ਸਾਈਡ ਤੋਂ ਲੁੱਕ ਸੀਗੀ ਜਿਹੜੇ ਇਹਦੇ ਚ ਸਪੀਕਰ ਜਿਹੜੇ ਇਹਦੇ ਚ ਵੂਫਰ ਲੱਗੇ ਆ ਉਹ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਵਾਂ ਉਹ ਲੱਗੇ ਆ 12-12 D4 12-12 D4 ਹੈ ਜੀ ਭਾਜੀ ਘੋੜੇ ਵਾਨੀਏ ਤੋਂ ਟਰੈਕਟਰ ਆਇਆ ਜਿੱਥੋਂ ਕਿ ਭਰਾਣੇ ਤੁਹਾਨੂੰ ਦੱਸਿਆ ਗਿਆ ਬੈਕ ਸਾਈਡ ਤੋਂ ਸਿਰਫ ਹਲਕੀ ਜਿਹੀ ਬੈਚਿੰਗ ਦੇ ਕੇ ਸੋਹਣੀ ਲੁੱਕ ਮਤਲਬ ਸਿੰਪਲ ਸੋਪਰ ਸੋਹਣਾ ਟਰੈਕਟਰ ਤਿਆਰ ਕੀਤਾ ਇਹ ਨਹੀਂ ਕਿ ਜਿਹਦੇ ਤੇ ਵੱਧ ਜ਼ਿਆਦਾ ਪੈਸੇ ਲੱਗ ਜਾਣ ਉਹੀ ਜ਼ਿਆਦਾ ਸੋਹਣਾ ਹੁੰਦਾ ਨਹੀਂ ਨਹੀਂ ਸਿੰਪਲ ਜਿਹਾ ਤਿਆਰ ਕੀਤਾ ਭਾਜੀ ਇਹ ਬਹੁਤ ਸੋਹਣਾ 12-12 D4 2 ਲੱਗੇ ਆ ਤੁਸੀਂ ਚੈੱਕ ਕਰ ਸਕਦੇ ਹੋ ਜ਼ਬਰਦਸਤ ਹੈ ਮਤਲਬ ਅਮੇਜ਼ਿੰਗ ਹੈ ਤੇ ਉਸ ਤੋਂ ਬਾਅਦ ਲਾਈਟ ਜਿਹੜੀਆਂ ਚੇਂਜ ਕੀਤੀਆਂ ਗਈਆਂ ਭਾਜੀ ਆ ਉਹ ਵਾਲੀਆਂ ਫਾਰਮ ਟਰੈਕ ਵਾਲੀਆਂ ਠੀਕ ਹੈ ਨਾ ਜੀ ਤੇ ਉਸ ਤੋਂ ਬਾਅਦ ਤੁਸੀਂ ਇਹ ਦੇਖ ਸਕਦੇ ਹੋ ਜੀ ਭਾਜੀ ਨੇ ਆਪਣੇ ਨਾਮ ਦੀ ਇੱਥੇ ਬੈਚਿੰਗ ਦਿੱਤੀ ਹੈ ਰਿਵਰਸ ਕਟਿੰਗ ਕਰਾ ਕੇ ਸਭ ਤੋਂ ਪਹਿਲੇ ਇਹ ਮੈਂ ਸ਼ੂਟ ਕੀਤੀ ਸੀ ਸਿੱਧੂ ਮੂਸੇ ਵਾਲੇ ਬਾਈ ਦੇ ਟਰੈਕਟਰ ਦੀ ਜਿਹਨੂੰ ਰਿਵਰਸ ਕਟਿੰਗ ਕਰਕੇ ਤਿਆਰ ਕੀਤਾ ਗਿਆ ਸੀ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਬੈਕ ਸਾਈਡ ਵਾਲੇ ਜਿਹੜੇ ਟਾਇਰ ਆ ਉਹ ਵੀ ਅਲਾਈਨਸ ਕੰਪਨੀ ਦੇ ਯੂਜ਼ ਕੀਤੇ ਗਏ ਨੇ ਭਰਾਣੇ ਰੇਡੀਅਲ ਟਾਇਰ ਯੂਜ਼ ਕੀਤੇ ਨੇ 120/85R28 ਇਹਨਾਂ ਦਾ ਸਾਈਜ਼ ਹੈ ਇਹ ਵੀ ਜਿਹੜਾ ਗਿਰਨ ਟਾਇਰ ਵੱਲੋਂ ਭਰਾ ਵੱਲੋਂ ਕੰਮ ਕੀਤਾ ਗਿਆ ਵਾ ਅਲਾਈਨਸ ਕੰਪਨੀ ਦੇ ਟਾਇਰ ਬਹੁਤ ਅੱਛੀ ਕੁਆਲਿਟੀ ਦੇ ਟਾਇਰ ਹੈ ਤੇ ਆਹ ਦੇਖ ਸਕਦੇ ਹੋ ਜੀ ਇਸ ਤੋਂ ਬਾਅਦ ਹੀ ਸਪਿਨਰ ਦਾ ਜਿਹੜਾ ਕੰਮ ਕੀਤਾ ਨਾ ਭਰਾਣੇ ਇੱਕ ਨਵੀਂ ਲੁੱਕ ਦੇ ਵਿੱਚ ਕਰਤਾ ਇਹਦੀ ਆਹ ਲੁੱਕ ਆਊਗੀ ਚੱਲਦੇ ਹੋਏ ਤੇ ਭਾਜੀ ਮਜ਼ਾ ਆ ਗਿਆ ਇੱਕ ਨਵੀਂ ਸ਼ੇਪ ਨਵਾਂ ਡਿਜ਼ਾਈਨ ਨਵੀਂ ਲੁੱਕ ਸਭ ਕੁਝ ਨਵਾਂ ਬਸ 2 ਮਹੀਨੇ ਤੱਕ ਬਹੁਤ ਕੁਝ ਨਵਾਂ ਆਊਗਾ ਭਾਜੀ ਤੇ ਲਓ ਜੀ ਧਮਾਕਾ ਆਉਣ ਲੱਗਾ ਜੇ ਤੁਸੀਂ ਉਹ ਧਮਾਕੇ ਨੂੰ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਆਲ ਤੇ ਲੈ ਜਾਓ ਕਿਉਂਕਿ ਸਭ ਤੋਂ ਪਹਿਲੇ ਨੋਟੀਫਿਕੇਸ਼ਨ ਤੁਹਾਨੂੰ ਆਣੀ ਚਾਹੀਦੀ ਹੈ ਤੇ ਇੱਧਰ ਵੀ ਭਾਜੀ ਕੁਝ ਕਹਿਣਾ ਚਾਹੁੰਦੇ ਆਪਾਂ ਥੋੜਾ ਜਿਹਾ ਮਿਲਾ ਦਈਏ ਭਾਜੀ ਕੀ ਕਹਿਣਾ ਚਾਹੁੰਦੇ ਕੰਮ ਬਾਰੇ ਭਾਜੀ ਕੰਮ ਬਹੁਤ ਵਧੀਆ ਜੀ ਐਂਡ ਇੱਕ ਨੰਬਰ ਤੇ ਭਾਜੀ ਦਾ ਟਰੈਕਟਰ ਵੀ ਜਲਦੀ ਆਉਣ ਵਾਲਾ ਤੇਜਵੀਰ ਵਾਲਾ ਟਰੈਕਟਰ ਭਾਜੀ ਪਿੱਛੋਂ ਥੋੜੇ ਜਿਹਾ ਡੋਲੇ ਡੋਲੇ ਚ ਖਾਂਦੇ ਸੀਗੇ ਭਾਜੀ ਜਿਮ ਲਵਰ ਆ ਤੇ ਉਹਦਾ ਦਾ ਵੀ ਕੁਝ ਕੱਢਾਂਗੇ ਆਪਾਂ ਇੱਕ ਨਵੀਂ ਲੁੱਕ ਚ ਲੈ ਕੇ ਆਵਾਂਗੇ ਹੁਣ ਭਾਜੀ ਕੁਝ ਰਹਿ ਗਿਆ ਇਹਦੇ ਵਿੱਚ ਓਕੇ ਭਾਜੀ ਹਨਾ ਸਾਰੀ ਓਕੇ ਰਿਪੋਰਟ ਆਪਾਂ ਦੱਸ ਦਿੱਤੀ ਹੈ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਇਹਦੇ ਪ੍ਰੈਸ਼ਰ ਹਾਰਨ ਵੀ ਪਰ ਉਹਦਾ ਬੈਚ ਹੀ ਲੱਗੇ ਬਾਹਰ ਕੁਝ ਨਹੀਂ ਹੈਗਾ ਚਲੋ ਤੇ ਤੁਸੀਂ ਹੁਣ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਪਿਆਰ ਇਹਦੇ ਦਿੰਦੇ ਰਹਿਣਾ ਜਿੱਦਾਂ ਦੇ ਰਹੇ ਹੋ ਤੁਹਾਡੇ ਪਿਆਰ ਦੇ ਨਾਲ ਅਸੀਂ ਏਡੀ ਵੱਡੀ ਫੈਮਿਲੀ ਹੋ ਚੁੱਕੇ ਆ 2 ਲੱਖ ਹੁਣ ਅੱਗੇ ਵਧਾਵਾਂਗੇ ਹੋਰ ਜਲਦੀ ਜਲਦੀ ਦੀ ਮਿਲੀਅਨ ਕਰਾਂਗੇ ਬਸ ਤੁਸੀਂ ਪਿਆਰ ਦਿੰਦੇ ਰਹਿਣਾ ਵੀਡੀਓਸ ਤੋਂ ਡੇਲੀ ਲੈ ਕੇ ਆਂਦਾ ਰਹੇਗਾ ਤੁਹਾਡਾ ਭਰਾ ਹੁਣ ਜਾਂਦੇ ਜਾਂਦੇ ਆਪਾਂ ਇਜਾਜ਼ਤ ਲੈ ਲਈ ਤੁਹਾਡੇ ਕੋਲ ਤੇ ਪੰਜਾਬੀ ਗਾਣਾ ਸੁਣਨ ਲਈ ਤੁਸੀਂ ਸਾਡਾ ਇੰਸਟਾਗ੍ਰam ਆਈਡੀ ਤੇ modified_club2020 ਤੇ GNW ਦੀ ਵੀ ਇੱਕ ਇੰਸਟਾਗ੍ਰam ਆਈਡੀ ਹੈ ਆਟੋ ਫੀਵਰ ਤੇ ਵੀ ਜਾਣਾ ਤੇ ਤੁਹਾਨੂੰ ਉੱਥੇ ਰੀਲਸ ਦੇਖਣ ਨੂੰ ਮਿਲਣਗੀਆਂ ਟਰੈਕਟਰ ਦੀਆਂ ਸਾਰੀਆਂ ਪਿਆਰ ਉੱਥੇ ਵੀ ਉਹਨਾਂ ਦੀ ਹੋ ਜਿੰਨਾ ਇੱਥੇ ਦੇ ਰਹੇ ਹੋ ਮਿਲਾਂਗੇ ਕੱਲ ਨਵੀਂ ਵੀਡੀਓ 'ਚ ਅੱਜ ਇਜਾਜ਼ਤ ਦਿਓ ਮਿਲਦੇ ਹਾਂ ਕੱਲ ਨਵੀਂ ਵੀਡੀਓ 'ਚ ਥੈਂਕ ਯੂ ਸੋ ਮਚ ਲਵ ਯੂ ਆਲ ਟੇਕ ਕੇਅਰ ਗੁੱਡ ਬਾਏ ਕੱਲ ਮਿਲਦੇ ਹਾਂ ਨਵੀਂ ਵੀਡੀਓ 'ਚ